ਹੈਲੋ, ਵੈਲਕਮ ਯੂ ਆਲ ਇਨ ਮਾਈ ਚੈਨਲ ਕੋਨਸੈਪਟ ਗੁਰੂ ਏਕੇ। ਪਿਆਰੇ ਵਿਦਿਆਰਥੀਓ, ਇਲੈਕਸ਼ਨ ਰਿਜ਼ਲਟ 2024 ਡਿਕਲੇਅਰ ਹੋ ਚੁੱਕਾ ਵਾ ਅਤੇ ਤੁਸੀਂ ਸਾਰੇ ਜਾਣਨਾ ਚਾਹੁੰਦੇ ਹੋ ਕਿਸ ਦੀ ਬਣੇਗੀ ਸਰਕਾਰ, ਪ੍ਰਧਾਨ ਮੰਤਰੀ ਕੌਣ ਬਣੇਗਾ, ਮੋਦੀ ਜਾਂ ਰਾਹੁਲ। ਤੋ ਕਾਫੀ ਚੀਜ਼ਾਂ ਕਲੀਅਰ ਹੋ ਚੁੱਕੀਆਂ ਨੇ, ਫਿਰ ਵੀ ਇੱਕ ਵਾਰ ਤੁਹਾਨੂੰ ਰਿਜ਼ਲਟ ਦੀ ਡਿਟੇਲ ਦੱਸਣਾ ਜ਼ਰੂਰੀ ਹੈ, ਤਾਂ ਕਿ ਕਿਉਂਕਿ ਤੁਹਾਡੇ ਸਾਰੇ ਸਿਲੇਬਸ ਦੇ ਵਿੱਚ ਰਿਜ਼ਲਟ ਨਾਲ ਰਿਲੇਟਡ ਕਈ ਚੀਜ਼ਾਂ ਨੇ। ਸੋ ਇਸ ਤਰ੍ਹਾਂ ਆਓ, ਪਹਿਲਾਂ ਆਪਾਂ ਦੇਖੀਏ ਕਿਹੜੀ ਪਾਰਟੀ ਦੀ ਸਰਕਾਰ ਹੈ, ਕਿਹੜੀਆਂ ਇਹ ਜਿਹੜੀਆਂ 18ਵੀਂ ਲੋਕ ਸਭਾ ਚੋਣਾਂ ਹੋਈਆਂ ਨੇ, ਕਿਹੜੀ ਪਾਰਟੀ ਜਿੱਤੀ ਹੈ ਅਤੇ ਕਿੰਨੀ ਲੀਡ ਨਾਲ ਜਿੱਤੀ ਹੈ, ਕੀ ਕੁਝ ਪ੍ਰਾਪਤ ਕੀਤਾ ਵਾ। ਸੋ ਬੇਟਾ, ਸਭ ਤੋਂ ਪਹਿਲੇ ਇਹ ਦੇਖਣਾ ਜ਼ਰੂਰੀ ਹੈ, ਭਾਰਤ ਵਿੱਚ ਇਸ ਵੇਲੇ ਲੋਕ ਸਭਾ ਚੋਣਾਂ ਹੋਈਆਂ ਨੇ, 18ਵੀਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ, ਅਤੇ 543 ਸੀਟਾਂ ਜਿਹੜੀਆਂ ਸੀਗੀਆਂ ਇਹਦੀ ਚੋਣ ਹੋਈ ਹੈ, 543 ਸੀਟਾਂ ਨੇ ਲੋਕ ਸਭਾ ਦੀਆਂ ਇਸ ਵੇਲੇ। ਸੋ ਇਹਦੇ ਵਿੱਚ ਐਗਜੈਕਟ ਫਿਗਰ ਆਪਾਂ ਨੀਚੇ ਜਾ ਕੇ ਦਿਆਂਗੇ ਪਹਿਲੇ, ਬਈ 543 ਸੀਟਾਂ ਕੁੱਲ ਸੀਗੀਆਂ ਬਹੁਮਤ ਹਾਸਲ ਕਰਨ ਲਈ, ਭਾਵ ਉਸ ਪਾਰਟੀ ਦੀ ਸਰਕਾਰ ਬਣਨੀ ਹੈ ਜਾਂ ਉਸ ਗੱਠਬੰਧਨ ਦੀ ਸਰਕਾਰ ਬਣਨੀ ਹੈ ਜਿਹੜੀ 272 ਸੀਟਾਂ 543 ਵਿੱਚੋਂ ਅੱਧਿਆਂ ਤੋਂ ਇੱਕ ਵੱਧ, ਯਾਨੀ 271 ਬਣ ਜਾਂਦਾ, ਕਿਉਂਕਿ 543 ਫਿਗਰ ਹੈ, 272 ਦਾ ਐਗਜੈਕਟਲੀ ਅੱਧੇ ਤੋਂ ਇੱਕ ਵੱਧ ਬਣ ਜਾਂਦਾ, ਇਹਨੂੰ ਬਹੁਮਤ ਕਹਿੰਦੇ ਨੇ। ਜਿਹੜੀ ਪਾਰਟੀ ਜਾਂ ਜਿਹੜੀਆਂ ਰਲੀਆਂ ਹੋਈਆਂ ਪਾਰਟੀਆਂ ਇੰਨੀ ਸੀਟਾਂ ਲੈ ਜਾਣਗੀਆਂ ਉਹਦੀ ਇਹ ਸਰਕਾਰ ਬਣ ਸਕਦੀ ਹੈ। ਸੋ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਇਸ ਵੇਲੇ ਭਾਜਪਾ ਜਿਹੜੀ ਹੈ, ਭਾਰਤੀ ਜਨਤਾ ਪਾਰਟੀ, ਉਹਦੀ ਅਤੇ ਉਹਦੇ ਸਾਥੀਆਂ ਦੀ ਜਿਹੜੀ ਗੱਠਜੋੜ ਹੈ ਉਹਦਾ ਨਾਂ NDA ਹੈ, NDA ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ, ਠੀਕ ਹੈ, ਉਹ NDA ਹੈਗਾ ਵੈ। ਸੋ ਭਾਜਪਾ ਉਹਦੇ 'ਚ, ਭਾਜਪਾ ਦੀਆਂ 240, ਸ਼ਿਵ ਸੈਨਾ 7, ਜਨਤਾ ਦਲ 2, ਬਾਕੀ ਡਿਟੇਲ 'ਚ ਆਪਾਂ ਥੱਲੇ ਜਾ ਕੇ ਫਿਰ ਦੇਖਾਂਗੇ, ਇਹ ਪਾਰਟੀਆਂ ਨੇ ਜਿਹੜੀਆਂ ਇਸ ਗੱਠਬੰਧਨ 'ਚ ਨੇ, NDA ਵਿੱਚ ਨੇ, ਜਿਹਦੀ ਅਗਵਾਈ ਭਾਜਪਾ ਯਾਨੀ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ, BJP ਕਰ ਰਹੀ ਹੈ। ਇਹਦੇ 'ਚ ਭਾਰਤੀ ਜਨਤਾ ਪਾਰਟੀ ਹੈ, ਸ਼ਿਵ ਸੈਨਾ ਹੈ, ਜਨਤਾ ਦਲ ਹੈ, TDP ਹੈ, JDU ਹੈ, RLD ਹੈ, ਜਨ ਸੈਨਾ ਹੈ, ਆਪਣਾ ਦਲ ਵਗੈਰਾ ਵਾ। ਇਸੇ ਤਰ੍ਹਾਂ ਇੰਡੀਆ ਗੱਠਜੋੜ ਜਿਹੜੀਆਂ ਕੁਝ ਪਾਰਟੀਆਂ ਰਲੀਆਂ ਹੋਈਆਂ ਨੇ ਉਹਦਾ ਨਾਂ ਇੰਡੀਆ ਗੱਠਜੋੜ, ਉਹਦੇ 'ਚ ਕਾਂਗਰਸ ਪਾਰਟੀ ਹੈ, ਸਮਾਜਵਾਦੀ ਪਾਰਟੀ ਹੈ, ਤ੍ਰਿਮਰੂਲ ਕਾਂਗਰਸ ਹੈ, DMK ਹੈ, RJD ਹੈ, ਆਮ ਆਦਮੀ ਪਾਰਟੀ ਹੈ, JMM ਹੈ ਅਤੇ CPM ਹੈ। ਸੋ ਇਹ ਕੁਝ ਪਾਰਟੀਆਂ ਦਾ ਗੱਠਜੋੜ ਹੈ। ਹੁਣ ਆਪਾਂ ਅੱਗੇ ਦੇਖਦੇ ਹਾਂ ਵੀ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਪ੍ਰਾਪਤ ਹੋਈਆਂ ਨੇ। ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਅਨੁਸਾਰ ਭਾਰਤੀ ਜਨਤਾ ਪਾਰਟੀ ਨੂੰ 240 ਸੀਟਾਂ ਮਿਲੀਆਂ ਨੇ ਇਕੱਲੀ ਨੂੰ, ਇਕੱਲੀ ਕਾਂਗਰਸ ਪਾਰਟੀ ਨੂੰ ਮਿਲੀਆਂ ਨੇ 99 ਸੀਟਾਂ, 99, ਸਮਾਜਵਾਦੀ ਪਾਰਟੀ ਨੂੰ 37 ਸੀਟਾਂ ਪ੍ਰਾਪਤ ਹੋਈਆਂ ਨੇ। ਬੇਟਾ ਯਾਦ ਰੱਖਣਾ, ਟੋਟਲ ਸੀਟਾਂ 543 ਨੇ, ਠੀਕ ਹੈ। ਇਸੇ ਤਰ੍ਹਾਂ ਤ੍ਰਿਮਣੂਲ ਸਮਾਜਵਾਦੀ ਪਾਰਟੀ ਦਾ ਆਧਾਰ ਜਿਹੜਾ ਬੇਸਿਕਲੀ ਉੱਤਰ ਪ੍ਰਦੇਸ਼ ਹੈ, ਤ੍ਰਿਮਣੂਲ ਆਲ ਇੰਡੀਆ ਤ੍ਰਿਮਣੂਲ ਕਾਂਗਰਸ ਹੈਗੀ ਹੈ, TMCA ਦਾ ਨਾਂ ਹੈ, ਉਹਨੂੰ 29 ਸੀਟਾਂ ਮਿਲੀਆਂ ਨੇ। ਇਹ ਬੇਟਾ ਪਾਰਟੀ ਜਿਹੜੀ ਹੈ ਇਹ ਵੈਸਟ ਬੰਗਾਲ ਦੀ ਪਾਰਟੀ ਹੈ, ਪੱਛਮੀ ਬੰਗਾਲ ਦੀ ਪਾਰਟੀ ਹੈ। ਇਸੇ ਤਰ੍ਹਾਂ ਦਰਾਵਰ ਮੁਨੇਤਰ ਕਜ਼ਗਮ DMK, ਇਹ ਪਾਰਟੀ ਤਾਮਿਲਨਾਡੂ ਦੀ ਪਾਰਟੀ ਹੈ, ਇਹਨੂੰ 22 ਸੀਟਾਂ ਪ੍ਰਾਪਤ ਹੋਈਆਂ ਨੇ। ਇਸੇ ਤਰ੍ਹਾਂ ਤੇਲਗੂ ਦੇਸਮ ਪਾਰਟੀ ਹੈ, ਇਹਨੂੰ 16 ਸੀਟਾਂ ਪ੍ਰਾਪਤ। ਤੇਲਗੂ ਦੇਸਮ ਪਾਰਟੀ ਆਂਧਰਾ ਪ੍ਰਦੇਸ਼ ਦੀ ਪਾਰਟੀ ਹੈ ਅਤੇ ਇਹ ਚੰਦਰਬਾਬੂ ਨਾਇਡੂ ਦੀ ਪਾਰਟੀ ਹੈ, ਅਤੇ ਸਾਰੇ ਵੈਸੇ NDA ਦੇ ਨਾਲ ਹੈ, ਪਰ ਬਹੁਤ ਸਾਰੀ ਇੰਡੀਆ ਦਾ ਗੱਠਜੋੜ ਚਾਹੁੰਦਾ ਵਾ ਵੀ ਇਹ ਸਾਡੇ ਨਾਲ ਆ ਜਾਏ। ਨੈਕਸਟ ਹੈਗਾ ਜਨਤਾ ਦਲ ਯੂਨਾਈਟਡ, ਜਨਤਾ ਦਲ ਯੂਨਾਈਟਡ ਬਿਹਾਰ ਦੀ ਪਾਰਟੀ ਹੈ, ਬੇਸਿਕਲੀ ਬਿਹਾਰ ਵਿੱਚ ਇਹਦਾ
ਜ਼ੋਰ ਹੈਗਾ ਅਤੇ ਉੱਥੇ ਇਹਨੂੰ 12 ਸੀਟਾਂ ਮਿਲੀਆਂ ਨੇ ਨਿਤੀਸ਼ ਕੁਮਾਰ ਦੀ ਪਾਰਟੀ। ਇਹ ਦੋਵੇਂ ਪਾਰਟੀਆਂ ਯਾਦ ਰੱਖਣੀਆਂ ਨੇ, ਤੇਲਗੂ ਦੇਸਮ ਅਤੇ ਜਨਤਾ ਦਲ ਯੂਨਾਈਟਡ। ਜਨਤਾ ਦਲ ਯੂਨਾਈਟਡ ਨਿਤੀਸ਼ ਕੁਮਾਰ ਦੀ ਪਾਰਟੀ ਹੈ ਅਤੇ ਤੇਲਗੂ ਦੇਸਮ ਚੰਦਰਬਾਬੂ ਨਾਇਡੂ ਦੀ ਅਗਵਾਈ ਵਾਲੀ ਪਾਰਟੀ ਹੈ। ਨੈਕਸਟ ਆਪਾਂ ਗੱਲ ਕਰੀਏ ਸ਼ਿਵ ਸੈਨਾ, ਜਿਹੜੀ ਸ਼ਿਵ ਸੈਨਾ ਮਹਾਰਾਸ਼ਟਰ ਦੀ ਪਾਰਟੀ ਹੈ, ਇਹਦੀਆਂ 9 ਸੀਟਾਂ ਨੇ। ਨੈਸ਼ਨਲਿਸਟ ਕਾਂਗਰਸ ਪਾਰਟੀ ਜਿਹੜੀ ਇਹ ਸ਼ਰਦ ਪਵਾਰ ਵਾਲੀ, ਇਹ ਵੀ ਮਹਾਰਾਸ਼ਟਰ ਦੇ ਵਿੱਚ ਹੀ ਪਾਰਟੀ ਜ਼ਿਆਦਾ, ਇਹਦੀਆਂ 8 ਸੀਟਾਂ ਨੇ, ਭਾਵ 8 MP ਇਹਦੇ ਜਿੱਤੇ ਨੇ, ਠੀਕ ਆ। ਬਾਕੀ ਜਿਹੜੀਆਂ ਅਦਰਸ ਨੇ ਹੋਰ ਇੱਕ ਇੱਕ ਦੋ ਦੋ ਸੀਟਾਂ ਕਰਕੇ ਜਿਹੜੇ ਜਿੱਤੇ ਨੇ, ਉਹਨਾਂ ਦੀ ਗਿਣਤੀ 71 ਹੈ, ਜਿਹਦੇ 'ਚ ਦੋ ਤਿੰਨ ਸ਼ਾਇਦ ਜੰਮੂ ਕਸ਼ਮੀਰ 'ਚ ਇੰਡੀਪੈਂਡੈਂਟ ਜਿੱਤੇ ਨੇ, ਪੰਜਾਬ ਦੇ ਵਿੱਚੋਂ ਵੀ 2 ਇੰਡੀਪੈਂਡੈਂਟ ਉਮੀਦਵਾਰ ਜਿਹੜੇ ਜਿੱਤੇ ਨੇ। ਆਪਾਂ ਪੰਜਾਬ ਦੇ, ਕਿਉਂਕਿ ਪੰਜਾਬ ਦੀ ਰਾਜਨੀਤੀ ਨਾਲ ਸਿੱਧੇ ਤੌਰ 'ਤੇ ਸਾਡਾ ਸੰਬੰਧ ਹੈ, ਪੰਜਾਬ ਦੇ ਜਿਹੜੇ MP ਨੇ ਬਣੇ ਨੇ ਉਹਨਾਂ ਦੀ ਡਿਟੇਲ 'ਚ ਇੱਕ ਵਾਰੀ ਜ਼ਰੂਰ ਜਾਣਾਂਗੇ। ਬੇਟਾ ਪੰਜਾਬ ਦੇ ਵਿੱਚ ਜਿਹੜੀਆਂ 13 ਸੀਟਾਂ ਸੀ, 13 ਸੀਟਾਂ ਵਿੱਚੋਂ ਕਿਹੜੀ ਪਾਰਟੀ ਨੇ ਕਿੰਨੀਆਂ ਸੀਟਾਂ ਲੈ ਗਏ, ਇਹ ਆਪਾਂ ਪਹਿਲਾਂ ਦੇਖ ਲੈਂਦੇ ਹਾਂ, ਫਿਰ ਇੱਕ ਇੱਕ ਦੇਖਾਂਗੇ। ਕਾਂਗਰਸ ਪਾਰਟੀ ਨੂੰ ਪੰਜਾਬ 'ਚ ਮਿਲੀਆਂ ਨੇ 7 ਸੀਟਾਂ, 7 ਮਤਲਬ MP ਜਿੱਤੇ ਨੇ ਕਾਂਗਰਸ ਦੇ, 3 ਆਮ ਆਦਮੀ ਪਾਰਟੀ ਜਿੱਤੇ ਨੇ, 2 ਆਜ਼ਾਦ ਜਿੱਤੇ ਨੇ, 1 ਅਕਾਲੀ ਦਲ ਦਾ ਜਿੱਤਿਆ ਵਾ। ਸੋ ਇਹ ਉਸੇ ਤਰ੍ਹਾਂ ਮੈਪ ਉਸੇ ਕਲਰ ਦਾ ਬਣਾਇਆ ਹੋਇਆ ਜਿਸ ਜਿਸ ਕਲਰ ਦੇ ਵਿੱਚ ਇਹ ਲਿਖੇ ਨੇ। ਆਪਾਂ ਇੱਕ ਇੱਕ ਉਮੀਦਵਾਰ ਦਾ ਬਾਰੇ ਫਟਾਫਟ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾ ਨੰਬਰ ਹੈ ਜੀ ਮੀਤ ਹੇਅਰ, ਮੀਤ ਜਿਹੜੇ ਨੇ ਗੁਰਮੀਤ ਸਿੰਘ ਮੀਤ ਹੇਅਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਅਤੇ ਇਹਨਾਂ ਹਰਾਇਆ ਵਾ ਸੁਖਪਾਲ ਖਹਿਰਾ, ਸਿਮਰਜੀਤ ਸਿੰਘ ਮਾਨ, ਅਰਵਿੰਦ ਖੰਨਾ, ਬਾਕੀ ਪਾਰਟੀ ਵੱਲੋਂ ਖੜ੍ਹੇ ਸੀਗੇ, ਅਤੇ ਇਹ ਜਿੱਤੇ ਨੇ ਆਮ ਆਦਮੀ ਪਾਰਟੀ ਵੱਲੋਂ। 13 ਦੇ 13 ਬਾਰੇ ਆਪਾਂ ਗੱਲ ਕਰਾਂਗੇ ਬਈ ਕਿਹੜੇ ਕਿਹੜੀ ਪਾਰਟੀ ਦਾ ਬੰਦਾ ਜਿੱਤਿਆ ਵਾ, ਅਤੇ ਹਾਰਨ ਵਾਲੇ ਕੌਣ ਕੌਣ ਸੀ, ਮੇਨ 2-3 ਬੰਦੇ ਪਹਿਲੇ ਪਹਿਲੇ ਜਿਹੜੇ ਨੇ। ਉਸੇ ਤਰ੍ਹਾਂ ਜਲੰਧਰ ਤੋਂ ਜਿੱਤੇ ਨੇ ਚਰਨਜੀਤ ਸਿੰਘ ਚੰਨੀ, ਇਹ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਸੀਗੇ। ਇਹਨਾਂ ਨੇ ਹਰਾਇਆ ਵਾ ਸੁਸ਼ੀਲ ਕੁਮਾਰ ਰਿੰਕੂ ਨੂੰ, ਜਿਹੜੇ ਉੱਥੇ ਪਹਿਲਾਂ MP ਸੀਗੇ, ਪਵਨ ਕੁਮਾਰ ਟੀਨ ਨੂੰ, ਅਤੇ ਮਹਿੰਦਰ ਸਿੰਘ KP। ਨੈਕਸਟ ਹੈਗਾ ਜੀ, ਇਸ ਤੋਂ ਬਾਅਦ ਗੁਰਦਾਸਪੁਰ ਜ਼ਿਲ੍ਹੇ ਤੋਂ, ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਜਿੱਤੇ ਆ, ਇਹਨਾਂ ਹਰਾਇਆ BJP ਦੇ ਦਿਨੇਸ਼ ਸਿੰਘ ਬੱਬੂ ਨੂੰ, ਅਮਨ ਸ਼ੇਰ ਸਿੰਘ ਸੈਰੀਕਲ ਸੀ, ਅਤੇ ਦਲਜੀਤ ਸਿੰਘ ਚੀਮੇ ਨੂੰ। ਨੈਕਸਟ ਇਸ ਤੋਂ ਅਗਲਾ ਜਿਹੜਾ ਉਮੀਦਵਾਰ ਨੇ ਉਹ ਕਾਂਗਰਸ ਪਾਰਟੀ ਦੇ ਨੇ, ਇਹਨਾਂ ਦਾ ਨਾਂ ਸ਼ੇਰ ਸਿੰਘ ਘੁਬਾਇਆ ਵੈ, ਫਿਰੋਜ਼ਪੁਰ ਤੋਂ ਜਿੱਤੇ ਨੇ, ਇਹਨਾਂ ਹਰਾਇਆ ਜਗਦੀਪ ਸਿੰਘ ਕਾਕਾ ਬਰਾੜ ਨੂੰ, ਗੁਰਮੀਤ ਸਿੰਘ ਸੋਢੀ ਨੂੰ, ਅਤੇ ਨਰਦੇਵ ਸਿੰਘ ਬੋਬੀਮਾਨ ਨੂੰ, ਸੋਰੀ। ਇਸ ਤੋਂ ਨੈਕਸਟ ਹੈਗਾ ਵੈ ਹੁਸ਼ਿਆਰਪੁਰ ਸੀਟ ਤੋਂ ਜਿੱਤੇ ਨੇ ਰਾਜਕੁਮਾਰ ਚੱਬੇਵਾਲ, ਇਹ MP ਬਣੇ ਨੇ ਸਾਰੇ ਹੀ। ਇਹਨਾਂ ਹਰਾਇਆ ਜੀ ਯਾਮਨੀ ਗੌਰ ਗੋਮਰ, ਅਨੀਤਾ ਸੋਮ ਪ੍ਰਕਾਸ਼, ਅਤੇ ਸੋਹਣ ਸਿੰਘ ਠੰਡਲ ਨੂੰ। ਨੈਕਸਟ ਆਪਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਨੂੰ, ਇੱਕੋ ਇੱਕ ਸੀਟ ਮਿਲੀ ਹੈ ਬਠਿੰਡਾ ਤੋਂ, ਹਰਸਿਮਰ ਕੌਰ ਬਾਦਲ ਜਿਹੜੇ ਨੇ ਉਹ ਜਿੱਤੇ ਨੇ, ਅਤੇ ਉਹਨਾਂ ਨੇ ਹਰਾਇਆ ਵਾ ਗੁਰਮੀਤ ਸਿੰਘ ਖੁੱਡੀਆ ਨੂੰ, ਜੀਤ ਮਹਿੰਦਰ ਸਿੰਘ ਸਿੱਧੂ ਨੂੰ, ਅਤੇ ਪਰਮਪਾਲ ਕੌਰ ਸਿੱਧੂ ਨੂੰ। ਸੋ ਬਾਕੀ ਪਾਰਟੀਆਂ ਸਾਰੀਆਂ ਦੇ ਉਮੀਦਵਾਰ ਹਾਰੇ ਨੇ, ਉਹ ਜਿੱਤੇ ਨੇ। ਨੈਕਸਟ ਹੈਗਾ ਅੱਗੇ ਗੱਲ ਕਰ ਲਈਏ ਖਡੂਰ ਸਾਹਿਬ ਦੀ। ਖਡੂਰ ਸਾਹਿਬ ਦੀ ਜਿਹੜੀ ਸੀਟ ਜਿਹੜੀ ਆ ਉਹ ਕਾਫੀ ਹੌਟ ਸੀਟ ਮੰਨੀ ਜਾਂਦੀ ਸੀ। ਸੋ ਖਡੂਰ ਸਾਹਿਬ ਤੋਂ ਜਿੱਤੇ ਨੇ ਅੰਮ੍ਰਿਤਪਾਲ ਸਿੰਘ, ਇੰਡੀਪੈਂਡੈਂਟ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਜਿੱਤੇ ਨੇ। ਇਹਨਾਂ ਨੇ ਹਰਾਇਆ ਵਾ ਕੁਲਬੀਰ ਸਿੰਘ ਜੀਰਾ, ਲਾਲਜੀਤ ਸਿੰਘ ਭੁੱਲਰ, ਅਤੇ ਵਿਰਸਾ ਸਿੰਘ ਵਲਟੋਆ ਨੂੰ। ਇਸ ਤੋਂ ਬਾਅਦ ਨੈਕਸਟ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਤਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਜਿੱਤੇ ਨੇ ਅਮਰ ਸਿੰਘ,
ਅਤੇ ਇਹਨਾਂ ਨੇ ਹਰਾਇਆ ਹੈ ਗੁਰਪ੍ਰੀਤ ਸਿੰਘ ਜੀ ਪੀ ਗੇਜਾ ਰਾਮ ਅਤੇ ਬਿਕਰਮਜੀਤ ਸਿੰਘ ਖਾਲਸਾ ਨੂੰ। ਇਸ ਤੋਂ ਅਗਲੀ ਗੱਲ ਕਰੀਏ ਬਈ ਅਨੰਦਪੁਰ ਸਾਹਿਬ, ਅਨੰਦਪੁਰ ਸਾਹਿਬ ਤੋਂ ਜਿੱਤੇ ਨੇ ਮਾਲਵਿੰਦਰ ਸਿੰਘ ਕੰਗ, ਅਤੇ ਇਹਨਾਂ ਨੇ ਹਰਾਇਆ ਹੈ ਵਿਜੇ ਇੰਦਰ ਸਿੰਗਲਾ ਨੂੰ, ਡਾਕਟਰ ਸੁਭਾਸ਼ ਸ਼ਰਮਾ ਨੂੰ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ। ਨੈਕਸਟ ਆਪਾਂ ਗੱਲ ਕਰੀਏ ਆਜ਼ਾਦ ਉਮੀਦਵਾਰ, ਦੂਜੇ ਆਜ਼ਾਦ ਉਮੀਦਵਾਰ ਫਰੀਦਕੋਟ ਤੋਂ ਨੇ ਸਰਬਜੀਤ ਸਿੰਘ ਖਾਲਸਾ, ਇਹਨਾਂ ਹਰਾਇਆ ਹੈ ਕਰਮਜੀਤ ਸਿੰਘ ਅਨਮੋਲ ਨੂੰ, ਅਮਨਜੀਤ ਕੌਰ ਸਹੋਕੇ ਨੂੰ ਅਤੇ ਰਾਜਵਿੰਦਰ ਸਿੰਘ ਧਰਮਕੋਟ ਨੂੰ। ਇਹ ਦੋਵੇਂ ਇੰਡੀਪੈਂਡੈਂਟ ਸੀਗੇ, ਸਰਬਜੀਤ ਸਿੰਘ ਖਾਲਸਾ ਅਤੇ ਅੰਮ੍ਰਿਤਪਾਲ ਸਿੰਘ। ਨੈਕਸਟ ਹੈਗਾ ਜੀ ਜੇਤੂ ਉਮੀਦਵਾਰ ਅੰਮ੍ਰਿਤਸਰ, ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰਜੀਤ ਸਿੰਘ ਔਜਲਾ ਕਾਂਗਰਸ ਪਾਰਟੀ ਦੇ ਜੇਤੂ ਨੇ, ਇਹਨਾਂ ਨੇ ਹਰਾਇਆ ਕੁਲਦੀਪ ਸਿੰਘ ਧਾਲੀਵਾਲ, ਤਰਨਜੀਤ ਸਿੰਘ ਸੰਧੂ ਅਤੇ ਅਨਿਲ ਜੋਸ਼ੀ ਨੂੰ। ਨੈਕਸਟ ਬੇਟਾ ਲੁਧਿਆਣਾ, ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਦ ਕਾਂਗਰਸ ਪਾਰਟੀ ਦੇ ਜੇਤੂ ਨੇ, ਇਹਨਾਂ ਹਰਾਇਆ ਵਾ ਰਵਨੀਤ ਸਿੰਘ ਬਿੱਟੂ ਨੂੰ, ਅਸ਼ੋਕ ਪਰਾਸ਼ਰ ਪੱਪੀ ਨੂੰ ਅਤੇ ਰਣਜੀਤ ਸਿੰਘ ਢਿੱਲੋਂ ਨੂੰ। ਇਸ ਤੋਂ ਨੈਕਸਟ ਪਟਿਆਲਾ ਸੀਟ ਹੈ, ਪਟਿਆਲਾ ਸੀਟ ਤੋਂ ਡਾਕਟਰ ਧਰਮਵੀਰ ਗਾਂਧੀ ਆਮ ਜਿਹੜੀ ਕਾਂਗਰਸ ਪਾਰਟੀ ਦੇ ਜੇਤੂ ਨੇ, ਇਹਨਾਂ ਨੇ ਹਰਾਇਆ ਵਾ ਡਾਕਟਰ ਬਲਵੀਰ ਸਿੰਘ ਨੂੰ, ਪ੍ਰਨੀਤ ਕੌਰ ਨੂੰ ਜਿਹੜੇ ਪਹਿਲਾਂ ਇੱਥੋਂ ਐਮ ਪੀ ਸਨ, ਅਤੇ ਐਨ ਕੇ ਸ਼ਰਮਾ ਨੂੰ। ਸੋ 13 ਦੀਆਂ 13 ਸੀਟਾਂ ਬਾਰੇ ਮੈਂ ਤੁਹਾਨੂੰ ਦੱਸ ਦਿੱਤਾ ਵਾ ਬਈ ਇਹਨਾਂ 13 ਸੀਟਾਂ 'ਚੋਂ, ਇਹ 13 ਦੀ 13 ਸੀਟਾਂ ਨੇ ਕੌਣ ਜਿੱਤਿਆ ਅਤੇ ਕੌਣ ਹਾਰਿਆ ਇਹਦੇ ਬਾਰੇ ਦੱਸਦਾ ਇੱਕ ਵਾਰੀ ਫਿਰ, ਲਾਸਟ ਦੱਸ ਦਿੰਦਾ ਇੱਕ ਵਾਰ ਬਈ ਕਾਂਗਰਸ ਪਾਰਟੀ ਨੂੰ 7 ਸੀਟਾਂ ਮਿਲੀਆਂ, ਆਮ ਆਦਮੀ ਪਾਰਟੀ ਨੂੰ 3, ਆਜ਼ਾਦ ਨੂੰ 2 ਅਤੇ ਅਕਾਲੀ ਦਲ ਨੂੰ 1। ਇਹ ਪੰਜਾਬ ਦੀਆਂ 13 ਸੀਟਾਂ ਬਾਰੇ ਆਪਾਂ ਡਿਟੇਲ 'ਚ ਗੱਲ ਕੀਤੀ ਹੈ, ਬਾਕੀ ਜਨਰਲ ਜਾਣਕਾਰੀ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਦੇ ਦਿੱਤੀ ਹੈ। ਸੋ ਪਾਰਟੀ ਪੁਜੀਸ਼ਨ ਬਾਰੇ ਆਪਾਂ ਦੇਖ ਲਿਆ ਸੀਗਾ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲੀਆਂ ਨੇ। ਸੋ ਪਾਰਟੀ ਵਾਈਜ਼ ਵੋਟ ਸ਼ੇਅਰ ਦੀ ਗੱਲ ਕਰੀਏ ਅਤੇ ਪਾਰਟੀ ਵਾਈਜ਼ ਵੋਟ ਸ਼ੇਅਰ ਜਿਹੜਾ ਵਾ ਕਿੰਨੇ ਪਰਸੈਂਟ ਵੋਟਾਂ ਕਿਹਦੀ ਪਾਰਟੀ ਨੂੰ ਮਿਲੀਆਂ ਵਾ, ਇਹ ਵੀ ਇੱਥੇ ਸੀਗਾ ਬਈ ਐਨ ਡੀ ਏ ਜਿਹੜੀਆਂ ਪਾਰਟੀਆਂ ਐਨ ਡੀ ਏ ਗਰੁੱਪ 'ਚ ਨੇ ਉਹਨਾਂ ਨੂੰ ਲਗਭਗ 45% ਵੋਟ ਪ੍ਰਤੀਸ਼ਤ ਮਿਲਿਆ ਵਾ। ਇੰਡੀਆ ਦੇ ਗੱਠਜੋੜ ਨਾਲ ਰਿਲੇਟਡ ਜਿਹੜੀਆਂ ਪਾਰਟੀਆਂ ਸੀਗੀਆਂ ਉਹਨਾਂ ਨੂੰ ਕੁੱਲ 42% ਮਿਲਿਆ ਵਾ ਅਤੇ ਬਾਕੀਆਂ ਨੂੰ 13% ਵੋਟ ਸ਼ੇਅਰ ਮਿਲਿਆ ਵਾ, ਭਾਵ ਵੋਟਾਂ ਦਾ ਪਰਸੈਂਟੇਜ। ਨੈਕਸਟ ਅਗਲੀ ਗੱਲ ਕਰੀਏ ਬਈ ਸਰਕਾਰ ਕਿਹਦੀ ਬਣਨੀ ਹੈ, ਜਿਹਦੀਆਂ 272 ਤੋਂ ਵੱਧ ਸੀਟਾਂ ਹੋਣਗੀਆਂ ਉਹਦੀ ਗੱਲ ਬਣੇਗੀ। ਤੁਹਾਨੂੰ ਪਤਾ ਵਾ ਜਿਹੜੀ ਐਨ ਡੀ ਏ ਹੈ, ਐਨ ਡੀ ਏ ਦੇ ਗਰੁੱਪ ਦੇ ਵਿੱਚ 290 ਤੋਂ ਉੱਪਰ ਜ਼ਿਆਦਾ ਬਣ ਗਈਆਂ ਸੀ, 90-91-92 ਸੀਟਾਂ ਜਿਹੜੀਆਂ ਸੀਗੀਆਂ ਉਹ ਬਣ ਗਈਆਂ ਸੀ। 272 ਚਾਹੀਦੀਆਂ ਸੀ, 240 ਆਪਣੀਆਂ ਸੀ ਬੀ ਜੇ ਪੀ ਦੀਆਂ, ਅਤੇ ਬਾਕੀ ਮਿਲਾ ਕੇ ਉਹਨਾਂ ਦੀ ਸਰਕਾਰ ਬਣਨੀ ਸੀ। ਇਸ ਕਰਕੇ ਐਨ ਡੀ ਏ ਦੀ ਬੈਠਕ ਖਤਮ ਹੋਈ ਅਤੇ ਮੀਟਿੰਗ ਦੇ ਵਿੱਚ ਨਿਤਿਸ਼ ਕੁਮਾਰ ਜਿਹਨੂੰ ਖਿੱਚਿਆ ਜਾ ਰਿਹਾ ਸੀ ਇੰਡੀਆ ਵੱਲੋਂ ਵੀ, ਉਹਨਾਂ ਨੇ ਕਹਿ ਦਿੱਤਾ ਵੀ ਸਰਕਾਰ ਬਣਾਉਣੇ ਮੇ ਮੋਦੀ ਦੇਰੀ ਨਾ ਕਰੇ, ਭਾਵ ਸਰਕਾਰ ਬਣਾਉਣ 'ਚ ਦੇਰੀ ਨਾ ਕਰੋ, ਮੋਦੀ ਸਾਹਿਬ ਜਲਦੀ ਸਰਕਾਰ ਬਣਾਉਣ ਅਤੇ ਜਲਦ ਸਰਕਾਰ ਦਾ ਗਠਨ ਹੋਣਾ ਚਾਹੀਦਾ, ਇਹ ਨਿਤਿਸ਼ ਕੁਮਾਰ ਹੋਣਾ ਕਿਹਾ ਸੀਗਾ। ਕਾਂਗਰਸ ਪਾਰਟੀ ਨੇ ਵੀ ਪਹਿਲੇ ਨਾਲੋਂ ਚੰਗੀ ਪਰਫਾਰਮੈਂਸ ਕੀਤੀ, ਪਿਛਲੀ ਵਾਰ 2019 ਦੀਆਂ ਚੋਣਾਂ 'ਚ ਕਾਂਗਰਸ ਦੀਆਂ ਸੀਟਾਂ ਜਿਹੜੀਆਂ 52 ਸੀ, ਇਸ ਵਾਰ ਸੀਟਾਂ ਜਿਹੜੀਆਂ ਨੇ 99 ਹੈ, ਤੋ ਕਾਂਗਰਸ ਆਪਣੇ ਆਪ ਨੂੰ ਚੰਗਾ ਪ੍ਰਦਰਸ਼ਨ ਕਹਿ ਰਹੀ ਹੈ। ਦੂਜੇ ਪਾਸੇ ਦ੍ਰੌਪਦੀ ਮੁਰਮੂ ਦੇਸ਼ ਦੇ ਰਾਸ਼ਟਰਪਤੀ ਨੇ, ਬੇਟਾ ਜਿਹੜੀ ਵੀ ਪਾਰਟੀ ਵੱਡੀ ਪਾਰਟੀ ਹੁੰਦੀ ਹੈ ਉਹਨੂੰ ਰਾਸ਼ਟਰਪਤੀ ਅਹੁਦੇ ਸਹੁੰ ਚੁੱਕਣ ਲਈ ਅਤੇ ਸਰਕਾਰ ਬਣਾਉਣ ਲਈ ਨਿਉਤਾ ਦਿੰਦਾ, ਜਿਹਨੂੰ ਇਨਵੀਟੇਸ਼ਨ ਆਪਾਂ ਕਹਿੰਦੇ ਹਾਂ, ਇਨਵੀਟੇਸ਼ਨ ਦਿੱਤਾ ਜਾਂਦਾ। ਸੋ ਇਨਵੀਟੇਸ਼ਨ ਜਿਹੜਾ ਵੈ, ਇਹ ਤੁਸੀਂ ਫੋਟੋ ਦੇਖ ਰਹੇ ਹੋ, ਰਾਸ਼ਟਰਪਤੀ
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਇਨਵੀਟੇਸ਼ਨ ਦਿੰਦੇ ਹੋਏ। ਇਹ ਫੋਟੋ ਦੋ ਤਰ੍ਹਾਂ ਦੀ ਹੈ, ਪਹਿਲਾਂ ਤਾਂ ਨਰਿੰਦਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ, ਬਈ ਪਿਛਲਾ ਸ਼ਾਸਨ ਖਤਮ ਹੋ ਗਿਆ ਅਤੇ ਮੇਰਾ ਅਸਤੀਫਾ ਪ੍ਰਵਾਨ ਕਰੋ। ਸਰਕਾਰ ਨੇ, ਰਾਸ਼ਟਰਪਤੀ ਨੇ ਕਿਹਾ ਜਦੋਂ ਤੱਕ ਨਵਾਂ ਪ੍ਰਧਾਨ ਮੰਤਰੀ ਸਹੁੰ ਨਹੀਂ ਚੁੱਕਦਾ ਤੁਸੀਂ ਕੰਟੀਨਿਊ ਕਰੋਗੇ। ਸੈਕੰਡਲੀ ਇਨਵੀਟੇਸ਼ਨ ਦਿੱਤਾ ਹੋਇਆ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਬਈ ਤੁਸੀਂ ਸਰਕਾਰ ਬਣਾਓ, ਤੁਸੀਂ ਆਪਣੀ ਸਰਕਾਰ ਬਣਾਓ। ਸੋ ਬ੍ਰੇਕਿੰਗ ਨਿਊਜ਼ ਹੈ ਵੀ ਮੋਦੀ ਸਬਮਿਟ ਹਿਜ਼ ਰੈਜਿਗਨੇਸ਼ਨ ਐਜ਼ ਪ੍ਰਾਈਮ ਮਿਨਿਸਟਰ, ਹੀ ਇਜ਼ ਨਾਓ ਕੇਅਰ ਟੇਕਰ ਪ੍ਰਾਈਮ ਮਿਨਿਸਟਰ। ਉਹਨੇ ਆਪਣਾ ਅਸਤੀਫਾ ਦੇ ਦਿੱਤਾ, ਪਿਛਲੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਰੈਜਿਗਨੇਸ਼ਨ ਦੇ ਦਿੱਤਾ, ਅਤੇ ਇਸ ਵੇਲੇ ਉਹ ਕੀ ਨੇ, ਕੇਅਰ ਟੇਕਰ ਪ੍ਰਾਈਮ ਮਿਨਿਸਟਰ, ਭਾਵ ਖਿਆਲ ਰੱਖਣ ਵਾਲੇ ਜਦੋਂ ਤੱਕ ਨਵਾਂ ਪ੍ਰਧਾਨ ਮੰਤਰੀ ਨਹੀਂ ਬਣਦਾ। ਅਗਲੀ ਲਾਈਨ ਕੀ ਲਿਖੀ ਹੈ, ਪ੍ਰੈਜੀਡੈਂਟ ਦ੍ਰੌਪਦੀ ਮੁਰਮੂ ਇਨਵਾਈਟਸ ਹਿਮ ਫਾਰ ਦਾ ਫਾਰਮੇਸ਼ਨ ਆਫ ਨਿਊ ਗਵਰਨਮੈਂਟ। ਜਿਹੜੀ ਰਾਸ਼ਟਰਪਤੀ ਮੁਰਮੂ ਨੇ, ਉਹਨਾਂ ਨੇ ਉਹਨਾਂ ਨੂੰ ਇਨਵਾਈਟ ਕੀਤਾ ਵੀ ਤੁਸੀਂ ਆਓ ਅਤੇ ਸਰਕਾਰ ਬਣਾਓ। ਇਨਵਾਈਟ ਕੀਤਾ ਉਹਨਾਂ ਨੂੰ ਵੀ ਤੁਸੀਂ ਜਿਹੜਾ ਵੈ ਨਵੀਂ ਸਰਕਾਰ ਬਣਾਓ। ਆਲ NDA ਪਾਰਟੀਜ਼ ਵਿਲ ਹੈਂਡ ਓਵਰ ਲੈਟਰ ਆਫ ਸਪੋਰਟ ਟੂ ਪ੍ਰਾਈਮ ਮਿਨਿਸਟਰ ਮੋਦੀ ਟੂਡੇ ਇਟਸੈਲਫ। ਅੱਜ ਹੀ NDA ਦੇ ਨਾਲ, NDA ਗੱਠਜੋੜ ਦੇ ਨਾਲ ਦੀਆਂ ਜਿਹੜੀਆਂ ਪਾਰਟੀਆਂ ਨੇ, ਉਹਨਾਂ ਨੇ ਆਪਣੀ ਸਹਿਮਤੀ ਅਤੇ ਸਪੋਰਟ ਵਾਲੇ ਚਿੱਠੀਆਂ ਜਿਹੜੀਆਂ ਨੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪਤੀਆਂ ਵੀ ਅਸੀਂ ਤੁਹਾਡੇ ਨਾਲ ਹਾਂ, ਤੁਹਾਡੀ ਸਪੋਰਟ 'ਚ ਹਾਂ। ਹੀ ਇਜ਼ ਲਾਈਕਲੀ ਟੂ ਟੇਕ ਓਥ ਔਨ 8th June। 8 June ਨੂੰ ਪ੍ਰਧਾਨ ਮੰਤਰੀ ਸਹੁੰ ਚੁੱਕ ਸਕਦੇ ਨੇ। ਹੀ ਵਿਲ ਈਕੁਅਲ ਨਹਿਰੂ ਸਰਕਾਰ ਟੂ ਆਫ ਬਿਕਮ ਪ੍ਰਾਈਮ ਮਿਨਿਸਟਰ ਫਾਰ ਦਾ 3rd ਕੰਸੀਕਿਊਟਿਵ ਟਾਈਮ। ਪ੍ਰਧਾਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਵਾਂਗ ਹੀ ਉਹ ਰਿਕਾਰਡ ਕਾਇਮ ਕਰ ਜਾਣਗੇ, ਬਈ 3 ਵਾਰ ਲਗਾਤਾਰ ਪ੍ਰਾਈਮ ਮਿਨਿਸਟਰ ਬਣਨ ਦਾ। ਸੋ ਪਿਆਰੇ ਵਿਦਿਆਰਥੀਓ, ਇਹ ਸੀਗੀਆਂ ਕੁਝ ਜਾਣਕਾਰੀਆਂ ਜਿਹੜੀਆਂ ਇਸ ਇਹਨਾਂ ਚੋਣਾਂ ਦੇ ਨਾਲ ਰਿਲੇਟਡ ਸੀਗੀ। ਇੱਕ ਅੱਧੀ ਫੋਟੋ ਤੁਹਾਨੂੰ ਹੋਰ ਦਿਖਾਉਣੀ ਸੀ। ਹਾਂ, 8 June ਨੂੰ ਚੁੱਕ ਸਕਦੇ ਨੇ ਨਰਿੰਦਰ ਮੋਦੀ ਜਿਹੜੇ ਨੇ ਸਹੁੰ ਚੁੱਕ ਸਕਦੇ ਨੇ, ਜਾਣਕਾਰੀ ਤੁਹਾਨੂੰ ਮੈਂ ਪਹਿਲੇ ਦੇ ਦਿੱਤੀ ਹੈ। ਇੱਕ ਇਹ ਵੀ ਨੋਟ ਕਰਨੀ ਹੈ ਬਈ ਪ੍ਰਧਾਨ ਮੰਤਰੀ ਦੀ ਆਪਣੀ ਜਿਹੜੀਆਂ ਵੋਟਾਂ ਦਾ ਜਿਹੜਾ ਪਰਸੈਂਟੇਜ ਆ ਉਹ ਘਟਿਆ ਵੈ। ਵਾਰਾਣਸੀ ਤੋਂ ਖੜ੍ਹੇ ਸੀ ਅਤੇ ਪਿਛਲੀ ਵਾਰ ਜਿੱਤੇ ਸੀ 479,000 ਦੇ ਡਿਫਰੈਂਸ ਨਾਲ, ਇਸ ਵਾਰ ਜਿੱਤੇ ਨੇ 1,52,000 ਵੋਟਾਂ ਦੇ ਫਰਕ ਨਾਲ, ਯਾਨੀ ਪਿਛਲੀ ਵਾਰ ਨਾਲੋਂ ਉਹਨਾਂ ਦਾ ਵੋਟ ਪਰਸੈਂਟੇਜ ਜਿਹੜਾ ਵੈ ਡਿਫਰੈਂਸ ਪਰਸੈਂਟੇਜ ਘਟਿਆ ਵੈ। ਉਸੇ ਤਰ੍ਹਾਂ 2 ਸੀਟਾਂ ਤੋਂ ਜਿੱਤੇ ਨੇ ਰਾਹੁਲ ਗਾਂਧੀ, ਉਹਨਾਂ ਦਾ ਵੋਟ ਜਿਹੜਾ ਦੂਜਿਆਂ ਨਾਲੋਂ ਡਿਫਰੈਂਸ ਹੈ 390,000 ਰਾਏਬਰੇਲੀ ਤੋਂ ਅਤੇ 364,000 ਵਾਇਨਾਡ ਸੀਟ ਤੋਂ, ਮਤਲਬ ਲੀਡ 'ਤੇ ਉਹ ਜਿੱਤੇ ਨੇ। ਸੋ ਓਕੇ ਜੀ, ਸੋ ਪਿਆਰੇ ਵਿਦਿਆਰਥੀ, ਮੈਨੂੰ ਆਸ ਹੈ ਕਿ ਤੁਹਾਨੂੰ ਜਿਹੜੀ ਬੇਸਿਕ ਜਾਣਕਾਰੀ ਹੈ ਇਹਦੇ ਨਾਲ ਰਿਲੇਟਡ ਜਿਹੜੀ ਜਾਣਕਾਰੀ ਹੈ ਉਹ ਜ਼ਰੂਰ ਮਿਲ ਗਈ ਹੋਵੇਗੀ ਵੀ ਕਿਹਦੀ ਸਰਕਾਰ ਬਣਨੀ ਹੈ। ਸਿੰਪਲ ਅਤੇ ਸਧਾਰਨ ਸ਼ਬਦਾਂ 'ਚ 272 ਸੀਟਾਂ ਚਾਹੀਦੀਆਂ ਸੀ ਜਿਹੜੀਆਂ NDA ਕੋਲ ਹੈਗੀਆਂ। ਇਕੱਲੀ BJP ਕੋਲ ਤਾਂ 240 ਸੀਟਾਂ ਨੇ, ਪਰ ਬਾਕੀ ਸਾਥੀ ਦਲਾਂ ਨੂੰ ਨਾਲ ਲੈ ਕੇ ਉਹਦੇ ਕੋਲ 290 ਤੋਂ ਵੱਧ ਸੀਟਾਂ ਨੇ। ਇਸ ਕਰਕੇ ਮੋਦੀ ਹੀ ਪ੍ਰਧਾਨ ਮੰਤਰੀ ਬਣਨਗੇ। ਸੋ ਥੈਂਕ ਯੂ ਵੈਰੀ ਮੱਚ। ਵੇਖਦੇ ਰਹੋ ਕੋਨਸੈਪਟ ਗੁਰੂ AK ਚੈਨਲ +1 ਤੋਂ ਲੈ ਕੇ BA ਤੱਕ ਸਾਰੀਆਂ ਪੋਲੀਟੀਕਲ ਸਾਇੰਸ ਕਲਾਸਾਂ ਆਪਾਂ ਰੈਗੂਲਰ ਲਾਈਵ ਕਲਾਸਾਂ ਵੀ ਲਗਾਉਂਦੇ ਹਾਂ, ਵੀਡੀਓਜ਼ ਵੀ ਅਵੇਲੇਬਲ ਨੇ ਫਰੀ ਆਫ ਕਾਸਟ। ਤੁਸੀਂ +1 ਤੋਂ ਲੈ ਕੇ BO ਤੱਕ ਪੋਲੀਟੀਕਲ ਸਾਇੰਸ ਦੀਆਂ ਵੀਡੀਓਜ਼ ਮੇਰੇ ਚੈਨਲ 'ਤੇ ਦੇਖ ਸਕਦੇ ਹੋ। ਵੇਖਦੇ ਰਹੋ ਕੋਨਸੈਪਟ ਗੁਰੂ AK ਚੈਨਲ। ਥੈਂਕ ਯੂ।